ਤੇ ਸੋਹਣਿਆਂ ਦੇ ਮਾਨ ਟੁੱਟ ਗਏ, ਸੋਹਣੇ ਵਰਗਾ ਓ ਸੋਹਣੇ ਵਰਗਾ ਨਾ ਸੋਹਣਾ ਕੋਈ ਆਇਆ, ਤੇ ਸੋਹਣਿਆਂ ਦੇ ਮਾਨ ਟੁੱਟ ਗਏ। ਮੁੜ ਮੁੜ ਚੰਨ ਵੇਖੇ ਆਮਿਨਾ ਦੀ ਗਲੀਏ, ਤੇਰੇ ਨਾਲ ਸੋਹਣੇ ਚੰਨਾ ਉਹਦੇ ਪੈਰ ਦੀ ਤਲੀਏ, ਤੇਰੇ ਨਾਲ ਸੋਹਣੇ ਚੰਨਾ ਉਹਦੇ ਪੈਰ ਦੀ ਤਲੀਏ। ਜਦੋਂ ਚੰਨ ਨੇ ਤਕਾਇਆ ਥੋੜਾ ਜਿੰਨਾ ਸ਼ਰਮਾਇਆ, ਫਿਰ ਤਾਰਿਆਂ ਨੂੰ ਬੁਲਾਇਆ, ਜਦੋਂ ਤਾਰਿਆਂ ਜੁਰਮਟ ਪਾਇਆ ਫਿਰ ਸਾਰਿਆਂ ਨੇ ਗਾਇਆ ਕਿ ਸੋਹਣਿਆਂ ਦੇ ਮਾਨ ਟੁੱਟ ਗਏ। ਮੇਰੇ ਪੈਗੰਬਰ ਤੇ ਦਰੂਦ ਪੜੀਏ, ਗੱਲ ਅੱਗੇ ਬੜਾਈਏ, ਆਮਿਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੇਖਿਆ ਹੈ। ਹਜ਼ਰਤ ਅਬਦੁੱਲਾ ਬਿਨ ਸਲਾਮ ਫਰਮਾਂਦੇ ਨੇ, ਪਹਿਲੇ ਨੰਬਰ ਤੇ ਮੇਰੇ ਦਿਲ ਅੰਦਰ ਮੇਰੇ ਨਬੀ ਨੂੰ ਤੱਕਦਿਆਂ ਈਮਾਨ ਆ ਗਿਆ ਹੈ। ਅੱਗੇ ਫਰਮਾਂਦੇ ਨੇ, ਮੇਰੇ ਪੈਗੰਬਰ ਨੇ ਜਿਹੜਾ ਪਹਿਲਾ ਖੁਤਬਾ ਦਿੱਤਾ, ਪਹਿਲੀਆਂ ਗੱਲਾਂ ਕੀਤੀਆਂ ਨੇ, ਉਹਨਾਂ ਗੱਲਾਂ ਨਬੀ ਪਾਕ ਦੇ ਕੋਲੋਂ ਸੁਣੀਆਂ। ਮੇਰੇ ਪੈਗੰਬਰ ਲਈ ਸਲਾਤੁ ਸਲਾਮ ਨੇ ਫਰਮਾਇਆ, ਯਾ ਅਯੂਹਨ ਨਾਸ ਅਫਸ਼ੁ ਸਲਾਮ। ਫਰਮਾਇਆ, ਓਏ ਮਦੀਨੇ ਦੇ ਲੋਗੋ, ਓਏ ਮੁਸਲਮਾਨੋ, ਓ ਮੇਰਾ ਕਲਮਾ ਪੜ੍ਹਨ ਵਾਲੇ ਮੁਹਾਜਰੀਨੋ ਅਨਸਾਰ, ਮੈਂ ਮੁਹੰਮਦ ਤੁਹਾਨੂੰ ਐਲਾਨ ਕਰਦਾ ਪਿਆ ਵਾ, ਅਫਸ਼ੁ ਸਲਾਮ ਸਲਾਮ ਨੂੰ ਆਮ ਕਰ ਦਿਓ। ਅੱਲਾਹੁ ਅਕਬਰ ਕਿੰਨਾ ਕੁ ਆਮ ਕਰਨਾ? ਮੇਰੇ ਪੈਗੰਬਰ ਬੇਮਿਸਾਲ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਇੰਨਾ ਆਮ ਕਰਦੇ ਹੋ, ਜਿਹਨੂੰ ਜਾਣਦੇ ਹੋ ਜਾਂ ਜਿਹਨੂੰ ਨਹੀਂ ਜਾਣਦੇ ਉਹਨੂੰ ਵੀ ਸਲਾਮ ਬੁਲਾਇਆ ਕਰੋ। ਜਿਹੜਾ ਤੁਹਾਡਾ ਵਾਕਿਫ ਹੈ ਜਾਂ ਜਿਹੜਾ ਵਾਕਿਫ ਕੋਈ ਨਹੀਂ, ਉਸ ਬੰਦੇ ਨੂੰ ਵੀ ਸਲਾਮ ਬੁਲਾਇਆ ਕਰੋ। ਅੱਲਾਹੁ ਅਕਬਰ, ਸਲਾਮ ਮੇਰੇ ਰੱਬ ਦਾ ਨਾਮ ਹੈ, ਅਸਲਾਮੁਲ ਮੁਅਮਿਨ, ਮੇਰੇ ਰੱਬ ਤਾਲਾ ਦਾ ਨਾਮ ਹੈ ਸਲਾਮ। ਸਲਾਮ ਦਾ ਮਤਲਬ ਕੀ ਹੈ? ਸਲਾਮਤੀ ਕਰਨ ਵਾਲਾ। ਅਤੇ ਜਦੋਂ ਤੁਸੀਂ ਕਿਸੇ ਬੰਦੇ ਦੇ ਉੱਤੇ ਸਲਾਮਤੀ ਭੇਜੋਗੇ, ਸਲਾਮ ਅਲੈਕੁਮ, ਓਏ ਮੇਰੇ ਵੀਰ ਤੇਰੇ ਉੱਤੇ ਸਲਾਮਤੀ ਹੋਵੇ, ਘਰ ਵਾਲਿਆਂ ਦੇ ਕੋਲ ਜਾਵੋ ਤੇ ਆਖੋ ਸਲਾਮ ਅਲੈਕੁਮ, ਤੁਹਾਡੇ ਉੱਤੇ ਸਲਾਮਤੀ ਹੋਵੇ। ਆਮਿਨਾ ਦੇ ਲਾਲ ਲਿਖੀ ਸਲਾਤੁ ਸਲਾਮ ਨੇ ਫਰਮਾਇਆ, ਮੇਰਾ ਰੱਬ ਉੱਥੇ ਸਲਾਮਤੀ ਨਾਜ਼ਲ ਕਰਨ ਲੱਗ ਜਾਂਦਾ ਹੈ। ਤੁਸੀਂ ਸਲਾਮ ਕਰੋਗੇ ਜਿਸ ਬੰਦੇ ਦੇ ਉੱਪਰ, ਅੱਲਾਹ ਪਾਕ ਸਲਾਮਤੀ ਨਾਜ਼ਲ ਕਰਦਾ ਹੈ ਤੇ ਜਿਹੜਾ ਤੁਹਾਨੂੰ ਜਵਾਬ ਦਿੰਦਾ ਹੈ। ਆਮਿਨਾ ਦੇ ਲਾਲ ਨੇ ਫਰਮਾਇਆ, ਬਦਲੇ ਅੰਦਰ ਅੱਲਾਹ ਤੁਹਾਨੂੰ ਵੀ ਸਲਾਮਤੀ ਦਿੰਦਾ। ਅੱਲਾਹੁ ਅਕਬਰ, ਅੱਲਾਹ ਪਾਕ ਨੇ ਫਰਮਾਇਆ, ਫਾਇਜ਼ਾ ਦਖਲਤੁਮ ਬੁਯੂਤਨ ਫਸੱਲਿਮੂ ਅਲਾ ਅਨਫੁਸਿਕੁਮ। ਫਰਮਾਇਆ, ਆਪਣੇ ਘਰਾਂ ਦੇ ਅੰਦਰ ਵੀ ਜਾਣਾ ਹੈ, ਸਭ ਤੋਂ ਪਹਿਲੇ ਸਲਾਮ ਦਾ ਆਗਾਜ਼ ਕਰਨਾ ਹੈ। ਘਰਾਂ ਦੇ ਅੰਦਰ ਜਾਣਾ ਹੈ, ਸਭ ਤੋਂ ਪਹਿਲੇ ਸਲਾਮ ਬੁਲਾ ਕੇ ਜਾਣਾ ਹੈ। ਘਰਾਂ ਦੇ ਅੰਦਰ ਦਾਖਿਲ ਹੋਣਾ ਹੈ, ਸਭ ਤੋਂ ਪਹਿਲੇ ਸਲਾਮ ਦਾ ਆਗਾਜ਼ ਕਰਨਾ ਹੈ, ਗੁਫ਼ਤਗੂ ਕਰਨ ਤੋਂ ਪਹਿਲੇ ਪਹਿਲੇ। ਅੱਲਾਹੁ ਅਕਬਰ, ਲੇਕਿਨ ਅੱਜ ਸਾਡਾ ਰਿਵਾਜ ਕੀ ਹੈ? ਅਸੀਂ ਘਰੋਂ ਜਾਂਦੇ ਹਾਂ, ਉਂਝ ਨਿਕਲ ਗਏ ਹਾਂ ਅਤੇ ਘਰ ਵਾਪਸ ਆਏ ਹਾਂ ਅਤੇ ਅਸੀਂ ਜਿਹੜੀਆਂ ਗੱਲਾਂ ਗੁੱਲਾਂ ਕਰਨੇ ਆ ਪਏ ਬਾਹਰ ਦੀਆਂ ਗੱਲਾਂ, ਉਹ ਹੀ ਆਉਂਦੇ ਆ ਸਰ, ਫਲਾਣੀ ਜਗ੍ਹਾ ਇੰਜ ਹੋਇਆ ਜੇ ਅੱਜ, ਉਹ ਫਲਾਣੀ ਜਗ੍ਹਾ 'ਤੇ ਅੱਜ ਇੰਜ ਹੋਇਆ, ਆ ਸਾਡੇ ਮੁਹੱਲੇ 'ਚ ਲੜਾਈ ਹੋ ਗਈ, ਜੇ ਨੱਸੋ ਬਈ ਬਾਹਰ ਨੂੰ ਆ ਜਾਓ, ਇੰਜ ਤਾਂ ਸਾਡੇ ਤਰੀਕੇ ਨੇ। ਲੇਕਿਨ ਨਬੀ ਪਾਕ ਅਲੈਹਿ ਸਲਾਮ ਦੇ ਸੀਨੇ ਤੇ ਕੁਰਾਨ ਆਇਆ, ਫਾਇਜ਼ਾ ਦਖਲਤੁਮ ਬੁਯੂਤਨ ਫਸੱਲਿਮੂ ਅਲਾ ਅਨਫੁਸਿਕੁਮ। ਅੱਲਾ ਪਾਕ ਨੇ ਕਾਨੂੰਨ ਬਣਾ ਦਿੱਤਾ, ਫਰਮਾਇਆ ਜਦੋਂ ਵੀ ਘਰ ਦੇ ਅੰਦਰ ਦਾਖਿਲ ਹੋਣਾ, ਸਭ ਤੋਂ ਪਹਿਲੇ ਸਲਾਮ ਪੁਕਾਰ ਕੇ ਤੁਸਾਂ ਦਾਖਿਲ ਹੋਣਾ। ਅੱਲਾਹੁ ਅਕਬਰ, ਨਬੀ ਪਾਕ ਅਲੈਹਿ ਸਲਾਤੁਮ ਸਲਾਮ ਨੇ ਅਦਾਬ ਬਿਆਨ ਫਰਮਾਏ ਨੇ ਸਲਾਮ ਦੇ। ਅੱਲਾਹੁ ਅਕਬਰ, ਮੇਰੇ ਪੈਗੰਬਰ ਅਲੈਹਿ ਸਲਾਤੁਮ ਸਲਾਮ ਨੇ ਅਦਾਬ ਸਿਖਾਏ ਵੀ ਨੇ ਸਲਾਮ ਦੇ, ਕਿਵੇਂ ਕਿਵੇਂ ਸਲਾਮ ਕਰਨੀ ਹੈ। ਮੇਰੇ ਪੈਗੰਬਰ ਨੇ ਦੱਸ ਦਿੱਤਾ, ਫਰਮਾਇਆ ਜਿਹੜਾ ਬੰਦਾ ਸਵਾਰ ਹੋ ਕੇ ਆ ਰਿਹਾ ਹੈ, ਗਾੜੀ ਉੱਤੇ ਸਵਾਰ ਹੈ ਜਾਂ ਕਿਸੇ ਹੋਰ ਚੀਜ਼ ਉੱਤੇ, ਊਂਟ ਉੱਤੇ, ਘੋੜੇ ਉੱਤੇ ਸਵਾਰ ਹੈ, ਸਵਾਰੀ ਕਰਨ ਵਾਲਾ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇਗਾ, ਪੈਦਲ ਚੱਲਣ ਵਾਲਾ ਬੈਠਣ ਵਾਲੇ ਬੰਦੇ ਨੂੰ ਸਲਾਮ ਕਰੇ, ਅਤੇ ਅਗਰ ਜ਼ਿਆਦਾ ਬੰਦੇ ਬੈਠੇ ਨੇ ਤਾਂ ਤਿੰਨ ਚਾਰ ਬੰਦੇ ਕੋਲੋਂ ਲੰਘੇ ਨੇ, ਜ਼ਿਆਦਾ ਬੰਦਿਆਂ ਨੂੰ ਥੋੜ੍ਹੇ ਬੰਦਿਆਂ ਨੂੰ ਸਲਾਮ ਕਰਨਾ ਚਾਹੀਦਾ, ਥੋੜ੍ਹੇ ਬੰਦੇ ਜ਼ਿਆਦਾ ਜਾਣਿਆਂ ਨੂੰ ਸਲਾਮ ਕਰਕੇ ਗੁਜ਼ਰਿਆ ਕਰਨ। ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਨੇ ਅਦਾਬ ਸਿਖਾਏ ਨੇ, ਤੇ ਸੈਯਦਨਾ ਅਨਸ ਬਿਆਨ ਕਰਦੇ ਨੇ,
नबी पाक जी तो भी बच्चों के कोलों गुजरिया कर दे, मेरे पैगंबर आके बच्चों भी सलाम आख्या कर देने। ते एक दिन अनस फरमा देने मैं कल्ला बैठा वा, मेरे पैगंबर आए ने मेरे नबी ने कल्ले नु भी सलाम आख्या है। अल्लाह अकबर, तरबियत इंज दी करना, पुत्रां नु बुलाना ते पुत्रां नाल भी सलाम लवो, घर दे अंदर जाना बीवियां नाल भी सलाम लवो, बेटियां दे नाल भी सलाम लवो, रिश्तेदारां दे नाल भी सलाम लवो। अल्लाह अकबर, मेरे पैगंबर दा भी तरीका है, अल्लाह रब रहमान दा भी तरीका है। तुसी आखोगी अल्लाह सलाम किवें लैंदा है, मेरा अल्लाह सलाम लैंदा नहीं, मेरा रब सलामती ना दल करदा है। अल्लाह अकबर, अल्लाह पाक दे चांद दे मुकाम सुनिए कुरान दे। अल्लाह अकबर, अल्लाह पाक ने कुरान दे मुकाम अंदर फरमाया फरमाया वसलामुन अलल मुरसलीन। अल्लाह कहंदे ने मेरे जिन्ने भी पैगंबर आए ने, जिन्ने भी रसूल आए ने, इन्हां सारयां दे उत्ते मेरा रब सलामती करदा पिया है। एक और अल्लाह पाक दे कुरान दा मुकाम सुनिए, अल्लाह दे एक बड़े प्यारे पैगंबर जनाबे नूह अलैहि सलातो सलाम। अल्लाह पाक ने फरमाया सलामुन अला नूहिन फिल आलमीन, फरमाया हर जहान अंदर मेरे नूह ते मेरी तरफों सलामतियां आंदियां रहनगियां। अल्लाह पाक ने एक और नबी दे बारे फरमाया सलामुन अला इलियासीन, एक और अल्लाह दे पैगंबर दे बारे सलामुन अला इब्राहिम। एक आयत अंदर दो नबियां दा जिक्र फरमाया सलामुन अला मूसा व हारून, ते किधरे अल्लाह पाक प्यार अंदर आए ने आमीना दे लाल दियां वारियां आईयां, पैगंबरे बेमिसाल दियां वारियां आईयां, जगां दे पीर दियां वारियां आईयां, रब दे हबीब दियां वारियां आईयां। अल्लाह पाक ने ऐलान फरमाया, अल्लाह पाक ने लोगों के सामने ऐलान फरमा दिता, लोगों ने दस दिता है। अल्लाह अकबर, मेरे रब तआला दा ऐलान सुनिए, इन्नल्लाह व मलाइकतहु युसल्लूना अलन नबी या अय्युहल्लज़ीना आमनू सल्लू अलैहि व सल्लिमू तस्लीमा। सलाम लेना आम अमल कोई, सलाम मेरे रब की सुन्नत है। अल्लाह अपने नबियों का जिक्र करके बार बार कहते पैने फुलाने ते भी सलामती है, फुलाने ते भी सलामती है, फुलाने ते भी सलामती है। तो सानू भी अल्लाह ने हुक्म दिता है, ईमान वाले हो नबी पागली सलाम ते दरूद भी पढ़ना है, सलाम भी पढ़ना है। सलाम किवें पढ़ना है, नबी पागली सलाम का नाम आवेगा, नबी पाक का नाम सुन के कहना सल्लल्लाहु अलैहि वसल्लम, ये सलामती भी कहिए। दरूद पढ़ोगे नबी पाक के उत्ते, और दरूद और सलाम दियाँ बारिशा जान गियाँ। दुआ करो अल्लाह पाक नबी पाक अली सलातो सलाम के रोजे उत्ते करोड़ा रहमत नाजल फरमाए। इंज सलाम लैन का तरीका नबी पाक भी दस्या, रब भी दस दे पैने सलाम आख्या करो। मेरे पैगंबर ने फरमाया किसे मजलस अंदर जाना है उन्नी देर तक बैठना नहीं जिन्नी देर तक सलाम नहीं कहना, ते अगर वापस उठना है उन्नी देर तक वापस निकलना नहीं जिन्नी देर तक तुसी सलाम नहीं आखोगे। अल्लाह अकबर, किन्ना कुछ सलाम दे बारे नबी पाक ने दसिया। आमीना दे लाल ने फरमाया मिशकातुल मसाबीत अंदर हदीस मौजूद है, मेरे पैगंबर ने सलाम ने फरमाया जो दो बंदे चलते पैने, अचानक चलदियाँ चलदियाँ इन्हों दोवें बंदियों के दरम्यान एक दीवार आ जाती है या इन्हों के दरम्यान कोई दरख्त आ जाता है। मेरे पैगंबर ने फरमाया जो दीवार नु क्रॉस करनगे, दरखत नु क्रॉस करन, एक बंदा दूसरे नु सलाम आख्या करे। अल्लाह अकबर, ते मेरे पैगंबर ने सलातो सलाम ने एक और बड़ी प्यारी गल इरशाद फरमाई है, फरमाया सब तो ज्यादा बंदा ओ चंगा है जेड़ा बंदा सलाम लैण अंदर पहल करदा है। दो बंदे गुजरदे पैने मुलाकात होन लगी है, जेड़ा बंदा जल्दी दे नाल अस्सलाम वालेकुम कह देंदा है, मेरे पैगंबर ने फरमाया मेरे रब नूं बड़ा चंगा लगदा है। अल्लाह अकबर, हुण रब नेकियां भी देंदा है। पैगंबरे पे मिसाल दा फरमान सुनावा, आमीना दे लाल जनाबे मुहम्मद नबी पाक अलैहि सलातो सलाम तशरीफ फरमा ने, सहाबा किराम आ रहे ने,
ایک صحابی آیا کہ آندا السلام علیکم، میرے نبی نے فرمایا اشارہ، دوسرا صحابی آیا آندا السلام علیکم ورحمت اللہ، میرے نبی نے فرمایا اشرون، تیسرا صحابی آیا کہ آندا السلام علیکم ورحمت اللہ کی وبرکاتہ، میرے نبی نے فرمایا سلاسون، اے تین لفظ بولے نے۔ صحابی پوچھن لگا سونیا جی منظر ہویا، ایک بندہ آیا جن نری سلام آکھیے تسا اشر دا لفظ بولے ہے، تے دوجا جڑا بندہ جن ورحمت اللہ آکھیا ہے تسا شرون دا لفظ بولے ہے، تیجا بندہ آیا سلاسون دا لفظ بولے ہے۔ میرے نبی نے فرمایا جنہیں صرف سلام لئیے اللہ پاک نے انہوں دس نیکیاں دیتیاں نے، جنہیں ورحمت اللہ پڑھیا ہے اللہ پاک نے بھی نیکیاں دیتیاں نے، تے جنہیں وبرکاتہ پڑھیا ہے اللہ پاک نے تری نیکیاں دے دیتیاں نے، تے جیڑا بندہ سلام لیندا اللہ تری نیکیاں بھی دیندا ہے، تے جیڑا سلام دا جواب بھی دیندا ہے اللہ پاک انہاں دوواں دے نامے اعمال اندر تری تری نیکیاں دا اضافہ کر چھڑ دے نے۔ فری دیاں نیکیاں، مفت دیاں نیکیاں، ایویں لنگ دے پے کسے نال سلام لے لو، اللہ دی قسم رب تہاڈے نامے اعمال اندر نیکی لکھی ہوندا ہے، تے اسی کی کرنے آ سلام اج او دے نال لینے آ، سانو جی دے نال مطلب نظر آئے گا، فلانے نال چودھری صاحب نال سلام کیوں لیندے ہو، سلام بھی اسی لینے آ چودھریاں دے نال، ماڑے نال اسی سلام لیندے ہی کوئی نہیں، سانو پتا ماڑے نے کی دینا ہے، او ماڑے بندے کی دے لینا ہے، آرام نہ کوئی غریب لنگ دا پیا نا تے چوری صاحب منہ ہی پھیر لیندے نے، ہیں اینو سلام لے کے کی لبنا ہے، تے ذرا کوئی تگڑا بندہ آیا دوویں دوویں ہاتھ چوک کے نال سلوٹ ماردا پیا دے نال آندا سلام علیکم چوری صاحب، تے انج تے پھر او بندے ہوندے نے او وی انہاں دے سلام دے جواب وی دیندے، انہاں نوں سلام دے جڑے جواب نہیں دیندے پے، تے جڑے ماڑے جواب دیندے نے انہاں نوں اسی سلام کہیں دے کوئی نہیں۔ سیدنا عبداللہ بن عمر رضی اللہ تعالی عنہ بازار اندر روزانہ نکل دے، اچھا عبداللہ روزانہ بازار اندر کیوں آندے ہو؟ فرماندے نے میں نبی پاک دا فرمان سنیا سی، سلام لیا نیکیاں ودھیاں نے، مینوں کوئی کام نہیں ہوتا بازار اندر، روزانہ آ کے ساری دکان والوں کے نال سلام لے کے جانا وا، تو میرا ایمان رب میرا نام مال نیکیاں دے نال بھر دیندا ہوئے گا، اس نظریے دے نال نکل دے سن۔ میرے پیغمبر علیہ الصلوۃ والسلام نے فرمایا افش السلام، سلام نو عام کر دیو، گھراں دے اندر بھی سلام لینا ہے، یاراں دے نال بھی سلام لینا ہے، بیٹیاں دے نال بھی سلام لینا ہے، بچیاں دے نال بھی، اللہ اکبر، ہر ایک دے نال سلام لینی، سلام نو عام کیجئے، اللہ اکبر۔ تے دوسرا خطبے دے اندر عمل میرے نبی نے دسیا، میرے نبی نے فرمایا واطعم الطعام، فرمایا لوگوں کھانا کھلایا کرو، کنہاں نو کھانا کھلانا ہے؟ اللہ اکبر، رشتہ داراں نو کھانا کھلاؤنا، یاراں نو کھانا کھلاؤ، ماں باپ نو کھانا کھلاؤ، بیوی بچیاں نو کھانا کھلاؤنا، اللہ اکبر۔ جی اگر اللہ پاک نے تانوں توفیق دیتی ہے، اللہ اکبر، تسی نیکی کرنا چاہندے ہو، ماڑیاں نو کھانا کھلایا کرو، غریباں نو کھانا کھلایا کرو، مسکیناں نو کھانا کھلایا کرو، یتیماں نو کھانا کھلایا کرو، بیوہ عورتاں دے گھراں دے اندر راشن پہنچایا کرو، اللہ اکبر، قیدیاں نو کھانا کھلایا کرو۔ میرے پیغمبر علیہ السلام نے فرمایا جیڑا بندہ دنیا دے اندر لوگوں نو کھانا کھلاندا ہے، اللہ پاک کل قیامت نو جنت دے کھانے کھلائے گا۔ اللہ اکبر، میرے پیغمبر علیہ السلام نے دسیا کھانا کھلانا ہے تے رب واسطے کھلانا ہے، کھانا کھلانا ہے تے رب دی رضا واسطے کھلانا ہے۔ اللہ پاک دا قرآن سنیے، سورۃ دہر اندر اللہ پاک دا اعلان ہے، فرمایا وَيُطْعِمُونَ الطَّعَامَ عَلَىٰ حُبِّهِ مِسْكِينًا وَيَتِيمًا وَأَسِيرًا۔ اللہ اکبر، فرمایا او لوگ نے جڑے لوگ مسکینہ یتیمہ تے قیدیاں نو کھانا کھلا دے نے، اللہ اکبر، اللہ دی رضا دی خاطر کھانا کھلا دے نے، تے نال اعلان کر دے نے لا نرید منکم جزاءً ولا شکورا، اسی اللہ دے کولوں اجر لینا ہے، لوکی شکریہ ادا کرن کھانا کھا کے، تے آندے نے
भाई तू मेरा शुक्रिया अदा करदा पिया है, मैनू शुक्रिया नहीं मैनू रब कोलों अजर चाहिदा है, मैनू तेरे किसे किस्म दे अल्लाह अकबर तोहफे दी लोड़ कोई नहीं, तेरी तरफों किसे किस्म दी सलामां ठोकन दी जरूरत कोई नहीं, मैनू रब कोलों अजर चाहिदा है। अल्लाह अकबर आमीन। ते लाल अलैहि सलातु सलाम ने फरमाया कल कियामत दा दिन आएगा, अल्लाह पाक ने जी इशारा करना बंदियां दे अंदर एक बंदा उठाना है, ते मेरे रब ने कहना बंदिया मैं दुनिया दे उत्ते तेरे कोलों खाना मंगिया, दस ना तू मैनू खाना क्यों नहीं खिलाया। अल्लाह अकबर बंदा आखेगा अल्लाह सोहणिया तेरी जात पा के तू खाना नहीं खांदा, अल्लाह तू सारिया नू खिलाना तू खाना नहीं खांदा। अल्लाह कहणगे बिलकुल ठीक है मैं खाना नहीं खांदा, अल्लाह सोहणिया मैं तेनू इनकार कितों कीता तू कितों मेरे कोलों खाना मंगिया। अल्लाह कहणगे फुलां जगह दे उत्ते फुलाने बंदे ने तेरे कोलों खाना मंगिया, मेरे नाम उत्ते खाना मंगिया, तू ओनू खाना नहीं खिलाया। अल्लाह अकबर। फिर अल्लाह कहणगे बंदिया दुनिया के अंदर मैं तेरे कोलों पानी मंगया तू मैनू पानी भी नहीं पिलाया, अल्लाह तेरी जात पा के तू रब्बुल आलमीन है तेनू पानी दी की लोड़ है, तू सारे जमाने नू देण वाला है। अल्लाह अकबर। अल्लाह किदों तेनू पानी नहीं दिता, फरमाया दुनिया अंदर फुलां जगह ते फुलाने बंदे ने पानी मंगया तू पानी कोई नहीं पिलाया। अल्लाह अकबर। जी अगर तू खाना खिलांदा ते पानी पिलांदा मैं तेनू जन्नत अंदरों खिलाना पिलाना सी। अल्लाह अकबर। फिर अल्लाह खणगे बंदिया दुनिया उत्ते मैं बीमार होया तू पता लैन नहीं आया। अल्लाह अकबर। अल्लाह दा प्यार चेक करिया अपने बंदिया दे नाल, मेरा रब अपनी जात नू मुखातिब करके बंदिया दियां मिसालां देंदा पिया है। अल्लाह कहंदे ने मैं बीमार होया तू पता लैन नहीं आया, अल्लाह तू बीमार हो ही नहीं सकता, अल्लाह सोहणिया तेरी जात पा के हर चीज दे कोलों तू किवें बीमार आ किदों पता ना लिया। फरमाया फुलाना तेरा वीर ते फुलाना तेरा यार, फुलानी तेरी बहन, फुलाना तेरा वीर, फुलाना तेरा मोहल्लेदार बीमार होया तू पता लैन नहीं गया, अगर तू पता लैन जांदा ते मैं रब नू उत्थे पांदा, मैं रब ने तेनू अजर देना सी। अल्लाह अकबर। मैं सदके जावां यार अज सानू अल्लाह पाक ने मालता कीता है अपने दिल अंदर इतनी वुसत पैदा करना, कदी किसे यार दी दावत कर ली, कदी किसे अपने यार बेली दी दावत कर ली, ते गल सुनो दावतां करनियां किन्हां दियां ने, ओ भी नबी पाक अलैहि सलातु सलाम दा फरमान सुनावा। आमीन। दलाल जनाबे मुहम्मद सल्लल्लाहु अलैहि वसल्लम। नबी पाक अलैहि सलाम ने दस्या खाना खिलाना किन्हां नूं, उन्हां यारां दियां दावतां करनियां ने जिहड़े शराबां पींदे ने, ਉਹਨਾਂ ਯਾਰਾਂ ਦੀਆਂ ਦਾਵਤਾਂ ਕਰਨੀਆਂ ਨੇ ਜਿਹੜੇ ਹਰ ਵਕਤ ਸੀਟਾਂ ਦੇ ਸੂਟੇ ਤੇ ਚਰਸਾਂ ਪੀਂਦੇ ਰਹਿੰਦੇ ਨੇ, ਓਏ ਉਹਨਾਂ ਯਾਰਾਂ ਦੀਆਂ ਦਾਵਤਾਂ ਕਰਨੀਆਂ ਜਿਹੜੇ ਨਮਾਜ਼ ਨੂੰ ਕਦੀ ਚੱਕ ਕੇ ਨਹੀਂ ਬਹਿੰਦੇ, ਉਹਨਾਂ ਯਾਰਾਂ ਨੂੰ ਖਾਣਾ ਖਿਲਾਣਾ ਹੈ ਜਿਨ੍ਹਾਂ ਨੇ ਕਦੀ ਨੇਕੀ ਕਰਕੇ ਵੇਖੀ ਕੋਈ ਨਹੀਂ। ਨਾ ਮੇਰੇ ਮੁਸਲਮਾਨ ਭਾਈਓ, ਮੇਰੇ ਨਬੀ ਨੇ ਫਰਮਾਇਆ ਖਾਣਾ ਵੀ ਉਹਨਾਂ ਨੂੰ ਖਿਲਾਣਾ ਹੈ ਕਿ ਜਿਹੜੇ ਨੇਕ ਬੰਦੇ ਨੇ ਅੱਛੇ ਬੰਦੇ ਨੇ। ਤੁਹਾਨੂੰ ਪਤਾ ਫੁਲਾਣਾ ਮੇਰਾ ਯਾਰ ਨਮਾਜ਼ਾਂ ਪੜ੍ਹਨ ਵਾਲਾ ਹੈ, ਫੁਲਾਂ ਮੇਰਾ ਯਾਰ ਕੁਰਾਨ ਪੜ੍ਹਨ ਵਾਲਾ ਹੈ, ਫੁਲਾਂ ਮੇਰਾ ਯਾਰ ਬੜਾ ਨੇਕ ਹੈ, ਦਾਵਤ ਕਰਿਆ ਕਰ, ਖਾਣਾ ਖਿਲਾਇਆ ਕਰ, ਜਾਂ ਔਰ ਕੋਈ ਮਾੜਾ ਬੰਦਾ ਦਿਸ ਜਾਏ ਗਰੀਬ ਦਿਸ ਜਾਏ ਖਾਣਾ ਖਿਲਾਇਆ ਕਰ, ਤੂੰ ਦੁਨੀਆ 'ਤੇ ਖਾਣਾ ਖਿਲਾਏਗਾ ਮੇਰਾ ਰੱਬ ਤੈਨੂੰ ਜੰਨਤ ਅੰਦਰੋਂ ਖਾਣੇ ਖਿਲਾਏਗਾ। ਅੱਲਾਹੁ ਅਕਬਰ। ਲੇਕਿਨ ਅੱਜ ਸਾਡਾ ਕੀ ਹੈ, ਆਪਣੇ ਘਰਾਂ ਦੇ ਅੰਦਰ ਅਸੀਂ ਆਨੇ ਸਾਰਾ ਕੁਝ ਆ ਜਾਏ, ਫਲ ਵੀ ਆ ਜਾਏ, ਸਾਰਾ ਰਾਸ਼ਨ ਮਹੀਨੇ ਦਾ ਆ ਜਾਏ, ਸਾਰਾ ਕੁਝ ਲਿਆਉਣਾ ਚਾਹੀਦਾ, ਅੱਲਾਹ ਦੀਆਂ ਨਿਮਤਾਂ ਨੇ ਖਾਣੀਆਂ ਚਾਹੀਦੀਆਂ ਨੇ, ਲੇਕਿਨ ਇੰਝ ਦਾ ਮਾਹੌਲ ਵੀ ਵੇਖਿਆ ਇੱਕ ਭਰਾ ਨੂੰ ਲੱਭਦਾ ਕੋਈ ਨਹੀਂ ਤੇ ਦੂਜੇ ਭਰਾ ਦੇ ਘਰੋਂ ਮੁੱਕਦਾ, ਇੱਕ ਭਰਾ ਭੁੱਖਾ ਬੈਠਾ ਤੇ ਦੂਜਾ ਘਰ ਦੇ ਅੰਦਰ ਰੱਜ ਰੱਜ ਕੇ ਖਾਣ ਡਿਆ, ਇੱਕ ਦੇ ਘਰ ਅੰਦਰ ਮਹੀਨਾ ਹੋ ਗਿਆ ਖਾਣ ਨੂੰ ਸ਼ੈ ਕੋਈ ਨਹੀਂ ਤੇ ਦੂਜਾ ਜਿਹੜਾ ਉਹਦੇ ਘਰ ਦੇ ਅੰਦਰੋਂ ਸਾਲ ਦੇ ਸਾਲ ਰਾਸ਼ਨ ਮੁੱਕਦਾ ਹੀ ਨਹੀਂ ਪਿਆ। ਕੱਲ ਕਿਆਮਤ ਨੂੰ ਰੱਬ ਨੇ ਪੁੱਛ ਲੈਣਾ ਮੈਂ ਤੇਰੇ ਕੋਲੋਂ ਖਾਣਾ ਮੰਗਿਆ ਤੂੰ ਖਾਣਾ ਨਹੀਂ ਖਿਲਾਇਆ, ਉਹ ਤੇਰਾ ਭਰਾ ਭੁੱਖਾ ਰਹੇਗਾ
तू रज के दस दस खाने खा के भी सो जाए, रब ने तेन अजर नहीं देना। तेरा वीर भुखा रह जाए, गवांडी तेरा भुखा सो जाए। तू अपने घर के अंदर बकरे उड़ावे, मटन खाँदा पियाए, बीफ खाँदा पियाए। अल्लाह अकबर, तरह तरह के अनवाओ शाम ते खाने खाँदा पियाए। खाने खाने चाहिए ने, मेरे रब ने मना नहीं किया। लेकिन ख्याल करो अपने माड़े वीर का, ख्याल करो अपने माड़े हमसायों का, ख्याल करो। पता करो मुहल्ले अंदर कोई बेवा औरत रहती है क्या? वो घर अंदर राशन है वे के कोई ना? खा के मारी जाना जे, भुखिया रह के भी मारी जाना है। लेकिन मेरे वीर, अगर किसी का भला कर जाओ, अगर किसी नु खाना खिला जाओ, अल्लाह अकबर, अगर किसी बंदे की मेहमान नवाजी कर जाओ, अल्लाह कहते पैने तू दुनिया ते खाना खिलाएगा, मेरे कुल आम दी तेरे, अल्लाह ने जन्नत अंदर तेरे वास्ते जन्नत दे खाने तैयार किते होंगे। अरे कौन करता किसी का एहसास? सके भरा नहीं एहसास करते पे? सके भरा तो सकिया भैन एहसास नहीं कर दिया पईया? यार बेलिया ने तो बाद अंदर कहना ना, मुहल्लेदार बाद अंदर कहना है। इंज का माहौल भी वेख्या, एक भरा नैसले तो थले पानी नहीं पीता, तो दूजा गंदे गंदे पानी पीनते मजबूर हो गया। किथे गई मेरिया, किथे गई दौलत? रब ने जो कल कियामत नु गिरेबान फड़िया ना, दस बंदिया आप ही खा के आ गया, अपने बीवी बच्ची पालता रहा है। अपना पता से किसी गरीब का भला कोई ना किया? ख्याल करिए अपने मुहल्ले अंदर, अपने रिश्तेदार अंदर ख्याल कीजिए। अगर कोई भुखा रह गया, कल कियामत नु रब ने छड़ना कोई नहीं जे। नमाजा तुहाड़िया किसे खाते नहीं जानिया जे अगर तुहाड़े अंदर इंसानियत का जज्बा ना होया। हजरत उमर फरमाया करते सन, फुरात के किनारे के उत्ते अगर कोई कुत्ता भी मर गया तो उमर नु डर लगता रब नु जवाब की देना है। उन्होंने कुत्तियां दे बारे भी ख्याल किया, तो असं इंसानों भी नहीं समझते पै। दुआ करो अल्लाह साढ़े अंदर भी एहसास पैदा फरमाए। मेरे पैगंबर अलैहि सलातु सलाम ने एहसास पैदा करना सिखाया, एहसास सिखाया। नबी पाक अलैहि सलातु सलाम ने खुद भुखे रहने लेकिन गरीबा नु खिलाया, खुद कुछ नहीं खादा माड़िया नु खिलाया। अल्लाह अकबर, मैं कुर्बान जावा अमीना दलाल अली सलातु सलाम दे कोल एक मेहमान आया, बड़ी प्यारी गल सुना लगा। बुखारी शरीफ अंदर लिखे है कि मेरे पैगंबर दे कोल एक बंदा आया, सोनिया भुख बड़ी लगी है, भुख ने बड़ा सताया है, मैनू खाना ही खिला दियो। नबी पाक अली सलातु सलाम ने अपने घर के अंदर पैगाम भेजिया, नौ बीवियां मेरे पैगंबर दियाँ, नौ हुजरे मेरे पैगंबर दे, नौवें घर के अंदरों एक खजूर भी खान नहीं मिलती पाई, कोई चीज नहीं मिली है। ते मेरे पैगंबर ली सलातु सलाम ने फिर भी अल्लाह दा गिला नहीं कीता, अल्लाह मेरे नवा घर अंदर खान कुछ नहीं। मेरे पैगंबर ली सलातु सलाम ने कोई शिकवा नहीं कीता। सहाबा दे अंदर ऐलान फरमाया, सहाबा केड़ा बंदा है जेड़ा मेरे मेहमान नु खाना खिलाएगा? हजरत अबू तलहा अंसारी ने हाथ चुकिया, सोनिया मैं तुहाडे मेहमान नु खाना खिलावांगा। मेरे नबी ने फरमाया ले जा मेरा मेहमान नाल। यार मैं आगा करना वोना दे इमाम दे क्या कहने ने, ओना दे इमाम दी मिसाल नहीं मिलदी पई है। अल्लाह अकबर, नबी पाक दा मेहमान नाल ले आए, घर दे अंदर दाखिल होए ने ते अपनी बीवी नु जाके आख्या, नी अल्लाह वालिए नबी पाक दा मेहमान ना लेके आया वा, खाना मौजूद है के कोई ना? बीवी कह लगी है मेरे सिर दे ताज, घर दे अंदर सिर्फ बच्चियां दा खाना है, ना तुहाडे लई खाना है ना मेरे लई खाना है। अल्लाह अकबर, सिर्फ साढ़े छोटे छोटे बच्चे ने उन्हां दे वास्ते खाना पियाए। मेरे पैगंबर ली सलातु सलाम दे सहाबी सैयदना अबू तलहा कह लगे ने, मैं नबी पाक दा मेहमान लेके आया वा, आप भुखे रह लवांगे लेकिन मेहमान नु असी खाना लाजमी खिलाना है। अच्छा जी की करिए? बीवी वेख्या जे किवें दी सबर वाली है, अज दियां बीवियां नु एक दिन खाना ना लब्बे, खामद नु ताने मार 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 देंदियां ने, सारी जिंदगी तेरे घरों लब्बा ही कुछ नहीं, वेखे ही कुछ नहीं। लेकिन मेरे पैगंबर दे यार दी बीवी आखन लगी है, अबू तलहा फिर इंज कर रहे हैं, बालां नु ध्यान ला के मैं उंज सुला देनी हाँ, खाना कोई नहीं खिलांदी। अल्लाह अकबर, ते मैं भी खाना नहीं खांदी, तुसी भी खाना ना खाया
ਵਾਜੇ, ਅਰਬ ਦੇ ਅੰਦਰ ਇਹ ਵੀ ਰਿਵਾਜੇ, ਮਹਿਮਾਨ ਦੇ ਨਾਲ ਬਹਿ ਕੇ ਮੇਜ਼ਬਾਨ ਵੀ ਖਾਣਾ ਖਾਂਦਾ, ਤੇ ਅਬੂ ਤਲਹਾ ਤੁਸੀਂ ਨਾਲ ਬਹਿਣਾ, ਫਿਰ ਤੁਹਾਨੂੰ ਵੀ ਮਹਿਮਾਨ ਕਹੇਗਾ ਖਾਣਾ ਖਾਵੋ। ਅੱਲਾਹੁ ਅਕਬਰ, ਇੱਕ ਬੰਦੇ ਦਾ ਖਾਣਾ ਤੁਸੀਂ ਨਾਲ ਖਾਧਾ, ਸੋਹਣੇ ਦਾ ਮਹਿਮਾਨ ਭੁੱਖਾ ਰਹਿ ਜਾਏਗਾ। ਅੱਲਾਹੁ ਅਕਬਰ, ਸਾਰ ਕਿਵੇਂ ਕਰਦੇ ਪਏ ਨੇ, ਅਬੂ ਤਲਹਾ ਤੁਸੀਂ ਖਾਣਾ ਨਹੀਂ ਖਾਣਾ। ਜਨਾਬ ਅਬੂ ਤਲਹਾ ਫਰਮਾਉਂਦੇ ਨੇ, ਅੱਛਾ ਫਿਰ ਇੰਜ ਕਰਨੇ ਆ, ਮਹਿਮਾਨ ਨੂੰ ਬਿਠਾਇਆ, ਖਾਣਾ ਲਗਾ ਦਿੰਦੇ ਹਾਂ, ਅਤੇ ਜਦੋਂ ਖਾਣਾ ਲੱਗ ਜਾਏ ਰਾਤਾਂ ਦੇਰਾ ਪੀਓ ਗਿਆ, ਚਿਰਾਗ ਸਿੱਧੇ ਕਰਨ ਦੇ ਬਹਾਨੇ ਆਉਣਾ, ਚਿਰਾਗ ਨੂੰ ਦਰੁਸਤ ਕਰਨ ਦੇ ਬਹਾਨੇ ਤੂੰ ਆਉਣਾ, ਆ ਕੇ ਚਿਰਾਗ ਨੂੰ ਬੁਝਾ ਕੇ ਟੁਰ ਜਾਵੀਂ। ਮੈਂ ਐਵੇਂ ਛਾਬੀ ਅੰਦਰ ਹੱਥ ਮਾਰਦਾ ਰਵਾਂਗਾ, ਐਵੇਂ ਹੀ ਮੂੰਹ ਨੂੰ ਹਿਲਾਉਂਦਾ ਰਵਾਂਗਾ, ਅਸੀਂ ਭੁੱਖੇ ਰਹਿ ਲਵਾਂਗੇ, ਲੇਕਿਨ ਅਬੀ ਪਾਕ ਦਾ ਮਹਿਮਾਨ ਖਾਣਾ ਖਾ ਲਵੇਗਾ। ਅੱਲਾਹੁ ਅਕਬਰ, ਜੀ ਖੋਇਆ ਖਾਣਾ ਲੱਗ ਗਿਆ, ਸਯਦਨਾ ਅਬੂ ਤਲਹਾ ਵੀ ਨਾਲ ਪੈ ਗਏ ਨੇ, ਇਹਨਾਂ ਦੀ ਬੀਵੀ ਉੱਠੀ ਏ, ਚਿਰਾਗ ਨੂੰ ਠੀਕ ਕਰਨ ਲੱਗਿਆ, ਚਿਰਾਗ ਨੂੰ ਬੁਝਾ ਕੇ ਟੁਰ ਜਾਂਦੀ ਏ। ਅੱਲਾਹੁ ਅਕਬਰ, ਅਬੂ ਤਲਹਾ ਐਵੇਂ ਮੂੰਹ ਹੀ ਲਾਈ ਜਾਂਦੇ ਨੇ, ਵਾਹ ਨਬੀ ਦਿਓ ਯਾਰੋ ਤੁਹਾਡੇ ਇਮਾਮ ਤੋਂ ਸਦਕੇ ਜਾਵਾਂ, ਵਾਹ ਨਬੀ ਦਿਓ ਪਿਆਰੇ ਤੁਹਾਡੇ ਇਮਾਮ ਤੋਂ ਕੁਰਬਾਨ ਜਾਵਾਂ। ਹੁਣ ਜੀ ਰਾਤ ਗੁਜ਼ਾਰ ਦਿੱਤੀ ਏ, ਬੱਚੇ ਵੀ ਸੌ ਗਏ ਨੇ, ਬੀਵੀ ਵੀ ਸੌ ਗਈ, ਅਬੂ ਤਲਹਾ ਵੀ ਸੌ ਗਏ ਨੇ, ਮਹਿਮਾਨ ਰੱਜ ਗਿਆ, ਸੁਬਾਹ ਦਾ ਦਿਨ ਚੜਿਆ, ਆਮਿਨਾ ਦੇ ਨਾਲ ਲਿਖੀ ਸਲਾਤੋਂ ਸਲਾਮ ਦੇ ਸਾਹਮਣੇ ਅਬੂ ਤਲਹਾ ਆਏ ਨੇ, ਮੇਰੇ ਨਬੀ ਨੇ ਵੇਖਿਆ, ਮੇਰੇ ਨਬੀ ਮੁਸਕੁਰਾਈ ਜਾ ਰਹੇ ਨੇ। ਅੱਲਾਹੁ ਅਕਬਰ, ਮੇਰੇ ਪੈਗੰਬਰ ਨੇ ਸਲਾਤੋਂ ਸਲਾਮ ਤਬਸਮ ਫਰਮਾ ਰਹੇ ਨੇ। ਜਨਾਬ ਅਬੂ ਤਲਹਾ ਨੂੰ ਬੁਲਾਇਆ, ਅਬੂ ਤਲਹਾ ਮੇਰੇ ਕੋਲ ਆਵੋ ਜੀ ਸੋਹਣਿਆ। ਹਜ਼ਰਤ ਅਬੂ ਤਲਹਾ ਨੂੰ ਮੇਰੇ ਨਬੀ ਨੇ ਫਰਮਾਇਆ, ਜੋ ਤੁਸਾਂ ਪਿਛਲੀ ਰਾਤੀ ਤੂੰ ਤੇ ਤੇਰੀ ਬੀਵੀ ਨੇ ਕੁਰਬਾਨੀ ਦਿੱਤੀ ਏ, ਰੱਬ ਨੇ ਸਾਰਾ ਕੁਝ ਵੇਖ ਲਿਆ ਏ, ਰੱਬ ਨੂੰ ਤੁਹਾਡੀ ਇਹ ਅਦਾ ਏਡੀ ਚੰਗੀ ਲੱਗੀ ਏ, ਅੱਲਾ ਅਰਸ਼ ਉੱਤੇ ਬਹਿ ਕੇ ਤੁਹਾਨੂੰ ਵੇਖ ਕੇ ਮੁਸਕੁਰਾਈ ਜਾਂਦਾ ਏ, ਅੱਲਾ ਅਰਸ਼ ਤੇ ਤੁਹਾਨੂੰ ਵਹਿੰਦਾ ਵੀ ਰਿਹਾ, ਨਾਲੇ ਮੇਰਾ ਅੱਲਾ ਮੁਸਕੁਰਾਉਂਦਾ ਰਿਹਾ ਏ। ਅੱਲਾ ਕਹਿੰਦਾ ਰਿਹਾ, ਮੇਰੇ ਬੰਦੇ ਤੇ ਬੰਦੀ ਕਿੱਡੀ ਚੰਗੀ ਏ, ਅਬੂ ਤਲਹਾ ਤੇ ਦੇ ਘਰ ਵਾਲੀ ਕਿੱਡੀ ਚੰਗੀ ਏ। ਅੱਲਾਹੁ ਅਕਬਰ, ਖੁਦ ਭੁੱਖੇ ਰਹਿ ਲਿਆ, ਲੇਕਿਨ ਮਹਿਮਾਨ ਨੂੰ ਖਾਣਾ ਖਿਲਾਇਆ, ਵਯੁਤਿਮੂਨ ਤਾਮਾ ਅਲਾਹੁ ਬਿਹੀ ਮਿਸਕੀਨੰ ਵਯਤੀਮੰ ਵਅਸੀਰਾ ਇਨਮਾਨੁ ਤੁਇਮ ਕੁਮ ਲਿਵਜ ਹਿੱਲਾ ਲਾਨੁਰੀਦੁ ਮਿਨਕੁਮ ਜਜ਼ਾਅੰ ਵਲਾ ਸ਼ੁਕੂਰਾ। ਉਹਨਾਂ ਨੇ ਮਹਿਮਾਨ ਨੂੰ ਖਾਣਾ ਖਿਲਾਇਆ, ਰੱਬ ਨੇ ਸਾਰਾ ਕੁਝ ਵੇਖ ਵੀ ਲਿਆ, ਤੇ ਵਹੀ ਕਰਕੇ ਆਮਿਨਾ ਦੇ ਲਾਲ ਨੂੰ ਸਾਰੀ ਰਿਪੋਰਟ ਰੱਬ ਨੇ ਦੱਸ ਵੀ ਦਿੱਤੀ। ਸੁਣਿਆ, ਤੁਹਾਨੂੰ ਕਿਵੇਂ ਪਤਾ ਲੱਗਿਆ? ਫਰਮਾ, ਜੋ ਜੋ ਕਰਦੇ ਰਹੇ ਰੱਬ ਵਹਿੰਦਾ ਵੀ ਰਿਹਾ, ਤੇ ਰੱਬ ਨੇ ਜਬਰੀਲ ਦੇ ਜ਼ਰੀਏ ਸਾਰਾ ਕੁਝ ਮੈਨੂੰ ਵੀ ਦੱਸ ਛੱਡਿਆ। ਸੁਭਾਨ ਅੱਲਾ, ਇੰਜ ਦਾ ਇਨਸਾਨ ਸਾਡੇ ਦਿਲ ਅੰਦਰ ਪੈਦਾ ਕਿਵੇਂ ਹੋ ਸਕਦਾ? ਇੰਜ ਦਾ ਇਮਾਨ ਅੱਲਾ ਦੀ ਕਸਮੇ, ਸਾਡੇ ਜ਼ਮਾਨੇ ਅੰਦਰ ਅਗਰ ਕਿਸੇ ਬੰਦੇ ਅੰਦਰ ਮਿਲ ਜਾਏ, ਤਾਂ ਮੈਂ ਗਰੰਟੀ ਦਿੰਦਾ ਐਸਾ ਬੰਦਾ ਪੱਕਾ ਜੰਨਤ ਅੰਦਰ ਜਾਏਗਾ ਇਨਸ਼ਾਅੱਲਾ। ਦੋ ਅਮਲ ਹੋ ਗਏ, ਸਲਾਮ ਨੂੰ ਆਮ ਕਰਨਾ, ਸਲਾਮ ਹਰ ਜਗ੍ਹਾ 'ਤੇ ਲੈਣੀ ਹੈ। ਲੋਕ ਤੁਹਾਨੂੰ ਆਖਣ ਨਾ ਯਾਰ ਹਰ ਵਕਤ ਸਲਾਮਾਂ ਹੀ ਠੋਕੀ ਜਾਂਦਾ, ਸਲਾਮ ਹੀ ਲੈਂਦਾ ਰਹਿੰਦਾ। ਕਈ ਲੋਕਾਂ ਨੂੰ ਇਹਦੇ ਤੋਂ ਵੀ ਬੜੀ ਅਲਰਜੀ ਏ, ਇਹਨੂੰ ਹਰ ਟਾਈਮ ਸਲਾਮ, ਹਰ ਟਾਈਮ ਸਲਾਮ। ਇੱਕ ਬੰਦੇ ਨੂੰ ਸਲਾਮ ਬਹੁਤੀ ਕਰ ਲਓ ਨਾ, ਚਾਰ ਦਿਨ ਉਹਨੇ ਹੈ ਨਾ ਯਾਰ ਹਰ ਟਾਈਮ ਤੂੰ ਮੈਨੂੰ ਹੀ ਸਲਾਮਾਂ ਕਰਦਾ ਰਹਿੰਦਾ। ਲੋਕ ਜੋ ਮਰਜ਼ੀ ਆਖਣ, ਤੁਸਾਂ ਕਹਿਣਾ ਸੋਹਣੇ ਨਬੀ ਦੀ ਸੁਨਤ, ਅਸਾਂ ਸਲਾਮ ਕਰਦਿਆਂ ਰਹਿਣਾ। ਕਹੋ ਇਨਸ਼ਾਅੱਲਾ, ਤੇ ਜਿੱਥੇ ਕਿਤੇ ਮਾੜੇ ਬੰਦੇ ਨੂੰ ਖਾਣਾ ਖਿਲਾਉਣਾ ਪੈ ਜਾਏ ਤਾਂ ਖਾਣਾ ਵੀ ਖਿਲਾਉਣਾ। ਤੀਸਰੀ ਗੱਲ, ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਫਰਮਾਇਆ, ਵਾਸੀਲੁਲ ਅਰਹਾਮ, ਸਿਲਾ ਰਹਿਮੀ ਕਰਨੀ ਹੈ, ਰਿਸ਼ਤਿਆਂ ਨੂੰ ਜੋੜਨਾ, ਰਿਸ਼ਤਿਆਂ ਨੂੰ ਤੋੜਨਾ ਕੋਈ ਨਹੀਂ। ਅੱਲਾਹੁ ਅਕਬਰ, ਰਿਸ਼ਤੇ ਬਣਾਉਣੇ ਨੇ, ਰਿਸ਼ਤੇ ਕਤਾ ਤਾਲੁਕੀ ਨਹੀਂ ਕਰਨੇ। ਅੱਲਾਹੁ ਅਕਬਰ, ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਫਰਮਾਇਆ, ਸਿਲਾ ਰਹਿਮੀ ਇਹਦਾ ਨਾਮ ਕੋਈ ਨਹੀਂ। ਅੱਲਾਹੁ ਅਕਬਰ, ਕਿ ਕੋਈ ਤੁਹਾਡੇ ਨਾਲ ਚੰਗਾ ਸਲੂਕ ਕਰੇ, ਤੁਸੀਂ ਬਦਲੇ ਅੰਦਰ ਉਹਦੇ ਨਾਲ ਚੰਗਾ ਸਲੂਕ ਕਰੋ, ਇਹਨੂੰ ਸਿਲਾ ਰਹਿਮੀ ਨਹੀਂ ਕਹਿੰਦੇ। ਅੱਲਾਹੁ ਅਕਬਰ, ਸਿਲਾ ਰਹਿਮੀ ਤੇ ਇਹਦਾ ਨਾਮ ਏ, ਕੋਈ ਤੁਹਾਡੇ ਕੋਲੋਂ ਜਾਨ ਛੁਡਾਉਂਦਾ ਨਜ਼ਰ ਆਏਗਾ, ਕੋਈ ਤੁਹਾਡੇ ਤੋਂ ਰਿਸ਼ਤੇਦਾਰੀ ਤੋੜਦਾ ਨਜ਼ਰ ਆਵੇ,
ਤੁਸੀਂ ਉਹਦੇ ਨਾਲ ਰਿਸ਼ਤੇਦਾਰੀ ਜੋੜਦੇ ਨਜ਼ਰ ਆਵੋ, ਕੋਈ ਤੁਹਾਡੇ ਤੋਂ ਨਫ਼ਰਤ ਕਰੇ ਤੁਸੀਂ ਉਹਦੇ ਨਾਲ ਪਿਆਰ ਕਰੋ, ਕੋਈ ਤੁਹਾਡੇ ਤੋਂ ਦੂਰ ਜਾਵੇ ਤੁਸੀਂ ਉਹਨੂੰ ਕਰੀਬ ਲੈ ਕੇ ਆਵੋ, ਇਹਨੂੰ ਸਿਲਾ ਰਹਿਮੀ ਕਹਿੰਦੇ ਨੇ। ਅਤੇ ਨਾਲੇ ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਨੇ ਨਾਲ ਗੋਲਡਨ ਆਫਰਾਂ ਬਿਆਨ ਕੀਤੀਆਂ, ਗੋਲਡਨ ਆਫਰਾਂ। ਅੱਜ ਸਿਮਾਂ ਦੀਆਂ ਗੋਲਡਨ ਆਫਰਾਂ ਮਿਲ ਜਾਵਣ, ਅਸੀਂ ਆਨੇ ਬੜੀ ਗੱਲ ਏ, ਮਾਲਾਂ ਦੇ ਅੰਦਰ ਗੋਲਡਨ ਆਫਰਾਂ ਲੱਗ ਜਾਵਣ, ਅਸੀਂ ਆਨੇ ਬੜੀ ਗੱਲ ਏ। ਆਮਿਨਾ ਦੇ ਲਾਲ ਨੇ ਦੋ ਗੋਲਡਨ ਆਫਰਾਂ ਦਿੱਤੀਆਂ ਨੇ ਸਿਲਾ ਰਹਿਮੀ ਕਰਨ ਵਾਲੇ ਬੰਦੇ ਨੂੰ। ਮੇਰੇ ਪੈਗੰਬਰ ਅਲੈਹਿ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਚਾਹੁੰਦਾ ਹੈ ਉਹਦੇ ਰਿਜ਼ਕ ਅੰਦਰ ਬਰਕਤ ਪੈ ਜਾਏ, ਅੱਲਾਹ ਪਾਕ ਤੰਗੀ ਦੇ ਦਿਨ ਕੱਢ ਦੇਵੇ, ਆਸਾਨੀ ਦੇ ਦਿਨ ਲੈ ਆਵੇ, ਭੁੱਖ ਦੇ ਦਿਨ ਰੱਬ ਦੂਰ ਕਰ ਛੱਡੇ, ਅੱਲਾਹ ਪਾਕ ਖੁਸ਼ਹਾਲੀਆਂ ਦੇ ਛੱਡੇ, ਅੱਲਾਹ ਪਾਕ ਮਾਲ ਅੰਦਰ ਬਰਕਤ ਪਾ ਛੱਡੇ, ਗੈਬ ਦੇ ਅੰਦਰੋਂ ਅੱਲਾਹ ਰਿਜ਼ਕ ਦੇ ਛੱਡੇ। ਅਤੇ ਜਿਹੜਾ ਬੰਦਾ ਚਾਹੁੰਦਾ ਹੈ ਮੇਰੀ ਉਮਰ ਲੰਬੀ ਹੋ ਜਾਏ, ਅੱਲਾਹ ਪਾਕ ਮੈਨੂੰ ਸਿਹਤ ਵਾਲੀ ਲੰਬੀ ਉਮਰ ਦੇਵੇ, ਮੇਰੇ ਨਬੀ ਨੇ ਫਰਮਾਇਆ ਹੈ ਸਿਲਾ ਰਹਿਮੀ ਕਰਨਾ ਤੁਹਾਡਾ ਕੰਮ ਹੈ, ਤੁਹਾਡੇ ਰਿਜ਼ਕ ਅੰਦਰ ਤੇ ਤੁਹਾਡੀ ਉਮਰ ਅੰਦਰ ਬਰਕਤ ਪਾਣਾ ਅਰਸ਼ਾਂ ਵਾਲੇ ਪਰਵਰਦਿਗਾਰ ਦਾ ਕੰਮ ਹੈ। ਉਂਝ ਪਤਾ ਨਹੀਂ ਉਮਰ ਲੱਭਣੀ ਹੈ ਕਿ ਨਹੀਂ, ਸਿਲਾ ਰਹਿਮੀ ਕਰਿਆ ਕਰੋ, ਅੱਲਾ ਤੁਹਾਡੀ ਉਮਰ ਲੰਮਾ ਕਰ ਛੱਡੇਗਾ। ਉਂਝ ਪਤਾ ਨਹੀਂ ਰਿਜ਼ਕ ਆਉਣਾ ਕਿ ਨਹੀਂ, ਸਿਲਾ ਰਹਿਮੀ ਕਰਿਆ ਕਰੋ, ਮੇਰੇ ਨਬੀ ਨੇ ਗਰੰਟੀ ਦਿੱਤੀ ਅੱਲਾ ਰਿਜ਼ਕ ਦੇ ਛੱਡੇਗਾ। ਅੱਲਾਹੁ ਅਕਬਰ, ਆਖਰੀ ਚੀਜ਼ ਸੁਣਾਵਾ, ਆਮੀਨਾ ਦਿਲਾਲ ਜਨਾਬੇ ਮੁਹੰਮਦ ਸੱਲਾ, ਸਾਰੇ ਦਰੂਦ ਪੜੋ ਨਬੀ ਪਾਕ ਦੇ, ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਵੇਖ ਲਓ ਅੱਲਾਹ ਪਾਕ ਦਾ, ਅੱਲਾਹ ਪਾਕ ਦੀ ਤਰਫੋਂ ਹੁਸਨ ਇਤਫਾਕ ਦੇਖੋ। ਅੱਜ ਮੈਨੂੰ ਹੁਣੇ ਹੀ ਇੱਕ ਪਰਚੀ ਆਈ ਹੈ ਕਿ ਤੁਸੀਂ ਨਾ ਨਮਾਜ਼ ਦੇ ਤਹੱਜੁਦ ਦੇ ਬਾਰੇ ਗੱਲ ਕਰਿਆ ਜੇ, ਤੇ ਜਿਹੜੀ ਹੁਣ ਮੈਂ ਚੌਥੀ ਚੀਜ਼ ਸੁਣਾਉਣ ਲੱਗਾ ਨਬੀ ਪਾਕ ਦੇ ਖੁਤਬੇ ਅੰਦਰ ਨਮਾਜ਼ ਦੇ ਤਹੱਜੁਦ ਦੀ ਗੱਲ ਕਹੋ, ਸੁਭਾਨ ਅੱਲਾ, ਹੈਂ ਹੁਸਨ ਇਤਫਾਕ ਹੋਇਆ ਅੱਲਾ ਦੀ ਤਰਫੋਂ। ਨਮਾਜ਼ ਦੇ ਤਹੱਜੁਦ ਦੇ ਬਾਰੇ ਆਈ ਗੱਲ ਕਿ ਕਦੀ ਨਾ ਖੁਤਬਾ ਪੂਰਾ ਇਰਸ਼ਾਦ ਫਰਮਾਓ, ਇਨਸ਼ਾਅੱਲਾ ਪੂਰਾ ਖੁਜਮਾ ਵੀ ਇਨਸ਼ਾਅੱਲਾ ਕਦੀ ਪੜ੍ਹਾਵਾਂਗੇ, ਲੇਕਿਨ ਚੌਥੀ ਚੀਜ਼ ਨਬੀ ਪਾਕ ਨੇ ਫਰਮਾਇਆ, ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਨੇ ਫਰਮਾਇਆ, ਵਸੱਲੂ ਬਿੱਲੈਲੀ ਵੰਨਾਸੁ ਨਿਯਾਮ, ਫਰਮਾਇਆ ਉਦੋਂ ਨਮਾਜ਼ਾਂ ਪੜ੍ਹਿਆ ਕਰੋ ਜਦੋਂ ਸਾਰਾ ਜ਼ਮਾਨਾ ਸੋ ਜਾਏ, ਉਦੋਂ ਰੱਬ ਦੇ ਸਾਹਮਣੇ ਆਇਆ ਕਰੋ ਜਦੋਂ ਸਾਰੇ ਲੋਕ ਸੁੱਤੇ ਖੋਵਣ, ਤੂੰ ਉੱਠ ਜਾਇਆ ਕਰ, ਲੋਕ ਸੁੱਤੇ ਪੈ ਨੇ। ਅੱਲਾਹੁ ਅਕਬਰ, ਰਾਤ ਦੀ ਨਮਾਜ਼ ਪੜ੍ਹਿਆ ਕਰੋ, ਨਫਲ ਪੜ੍ਹਿਆ ਕਰੋ, ਤਹੱਜੁਦ ਪੜ੍ਹਿਆ ਕਰੋ। ਆਮਿਨਾ ਦਿਲਾਲ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਮੇਰੇ ਪੈਗੰਬਰ ਅਲੈਹਿ ਸਲਾਮ ਨੇ ਫਰਮਾਇਆ, ਰਾਤ ਨੂੰ ਉੱਠ ਕੇ ਨਮਾਜ਼ ਪੜ੍ਹਿਆ ਕਰੋ, ਉਦੋਂ ਨਮਾਜ਼ ਪੜ੍ਹਨ ਦਾ ਕੀ ਫਾਇਦਾ ਹੈ। ਹੁਣ ਤੇ ਮੇਰਾ ਰੱਬ ਅਰਸ਼ ਉੱਤੇ ਮੁਸਤਵੀ ਹੈ, ਸੱਤਾਂ ਸਮਾਨਾਂ ਤੋਂ ਵੀ ਉੱਤੇ ਵੇ, ਅੱਲਾਹੁ ਅਕਬਰ। ਲੇਕਿਨ ਜਦੋਂ ਰਾਤ ਦਾ ਟਾਈਮ ਹੁੰਦਾ ਹੈ, ਅੱਲਾਹ ਪਾਕ ਆਪਣੇ ਅਰਸ਼ ਨੂੰ ਛੱਡ ਕੇ ਆ ਜਾਂਦੇ ਨੇ, ਕਮਾ ਯਲੀ ਕੋ ਬਿਸ਼ਾਨੀ ਕੀ, ਅੱਲਾਹ ਪਹਿਲੇ ਅਸਮਾਨ ਉੱਤੇ ਆ ਜਾਂਦੇ ਨੇ, ਅੱਲਾਹ ਆ ਕੇ ਆਵਾਜ਼ਾਂ ਲਗਾਉਂਦੇ ਪੈਣੇ, ਅੱਲਾਹੁ ਅਕਬਰ। ਹਲ ਮਿਨ ਮੁਸਤਗਫਿਰਿਨ, ਹੈ ਕੋਈ ਮੇਰੇ ਕੋਲੋਂ ਮਾਫੀ ਮੰਗਣ ਵਾਲਾ, ਮੈਂ ਮਾਫ ਕਰ ਦੇਵਾਂ। ਹੈ ਕੋਈ ਬੰਦਾ ਮੇਰੇ ਕੋਲੋਂ ਸ਼ਿਫਾ ਮੰਗਣ ਵਾਲਾ, ਮੈਂ ਸ਼ਿਫਾ ਦੇਵਾਂ। ਹੈ ਕੋਈ ਬੰਦਾ ਮੇਰੇ ਕੋਲੋਂ ਰਿਜ਼ਕ ਮੰਗਣ ਵਾਲਾ, ਰਿਜ਼ਕ ਦੇ ਦੇਵਾਂ। ਹੈ ਕੋਈ ਬੰਦਾ ਮੇਰੇ ਕੋਲੋਂ ਔਲਾਦ ਮੰਗਣ ਵਾਲਾ, ਔਲਾਦ ਦੇ ਦੇਵਾਂ। ਅੱਲਾਹੁ ਅਕਬਰ, ਹੈ ਕੋਈ ਬੰਦਾ ਮੇਰੇ ਕੋਲੋਂ ਸਵਾਲ ਕਰਨ ਵਾਲਾ, ਮੈਂ ਝੋਲੀ ਭਰ ਦੇਵਾਂ। ਅੱਲਾਹੁ ਅਕਬਰ, ਮੇਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਰਾਤ ਦੀ ਨਮਾਜ਼ ਪੜ੍ਹਿਆ ਕਰਦੇ ਸਨ। ਸੈਦ ਆਇਸ਼ਾ ਫਰਮਾਉਂਦੀਆਂ ਨੇ, ਸਾਰੀ ਜ਼ਿੰਦਗੀ ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਨੇ ਰਾਤ ਦਾ ਕਿਆਮ ਨਹੀਂ ਛੱਡਿਆ। ਕਦੀ ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਥੋੜ੍ਹੀਆਂ ਰਕਤਾਂ ਪੜ੍ਹ ਲੈਣੀਆਂ, ਕਦੀ ਮੇਰੇ ਨਬੀ ਨੇ ਜ਼ਿਆਦਾ ਪੜ੍ਹ ਲੈਣੀਆਂ, ਕੋਈ ਪਾਬੰਦੀ ਨਹੀਂ। ਤੁਸਾਂ 10 ਪੜ੍ਹਨੀਆਂ ਨੇ, ਕੋਈ ਪਾਬੰਦੀ ਨਹੀਂ। ਤੁਸਾਂ 8 ਪੜ੍ਹਨੀਆਂ ਨੇ, ਕੋਈ ਪਾਬੰਦੀ ਨਹੀਂ। 6 ਪੜ੍ਹੋ ਜਾਂ 4 ਪੜ੍ਹੋ, ਜਿੱਦੋਂ ਤੁਹਾਡਾ ਵਕਤ ਲੱਗੇ, ਜਿੰਨਾ ਦਿਲ ਕਰੇ ਰੱਬ ਨਾਲ ਉੱਠ ਕੇ ਕਾਲ ਨੂੰ ਮਿਲਾਇਆ ਕਰੋ। ਸਾਰਿਆਂ ਦੇ ਨੈਟਵਰਕ ਬੰਦ ਹੋ ਜਾਂਦੇ ਨੇ, ਅੱਲਾਹ ਪਾਕ ਦਾ ਨੈਟਵਰਕ ਚਾਲੂ ਹੋ ਜਾਂਦਾ ਹੈ, ਤੇ ਅੱਲਾਹ ਵਾਲੇ ਉੱਠ ਕੇ ਕਿਆਮ ਕਰਿਆ ਕਰਦੇ ਨੇ। ਅੱਲਾਹੁ ਅਕਬਰ, ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਇੰਨਾ ਕਿਆਮ ਕਰਿਆ ਕਰਦੇ ਕਿ ਅੱਲਾਹ ਪਾਕ ਨੇ ਮੇਰੇ ਨਬੀ ਨੂੰ ਐਲਾਨ ਫਰਮਾ ਦਿੱਤਾ, ਯਾ ਅਯੂਹਲ ਮੁਜ਼ੰਮਿਲ ਕੁਮ ਲੈਲਾ ਇਲਾ ਕਲੀਲਾ ਨਿਸਫਹੁ ਅਵ ਇਨਕੁਸ ਮਿਨਹੁ ਕਲੀਲਾ ਔ ਜ਼ਿਦ ਅਲੈਹਿ ਵਰਤਿਲਿ ਲਿਲਕੁਰਆਨਾ ਤਰਤੀਲਾ। ਅੱਲਾਹ ਕਹਿੰਦਾ
دے پہنے سونیا ساری ساری رات میرے سامنے کھلو رہنا ہے سونیا ساری ساری رات میرے سامنے ہاتھ بن کے تے سجدے اندر پیا رہنا ہے تھوڑا آرام کر لیا کر ادھی رات قیام کر لیا کر یا رات دا چوتھائی حصہ آرام کر لیا کر اللہ اکبر یا چوتھائی حصہ عبادت کر لیا کر تہاڈی رات اندر آرام ضرور ہونا چاہیے ہے اللہ اکبر میں قربان جاواں کٹن رات مسلے تے کھلوتیاں پیر سج جاواں کٹن رات مسلے تے کھلوتیاں پیر سج جاواں خدا آکھے اے رب آکھے نہ جاگتنا عبادت ایہو جئی ہووے لکھن دشمن وی تعریفاں لیاقت ایہو جئی ہووے پیغمبر مقتدی ہوویں امامت ایہو جئی ہووے پیغمبر مقتدی ہوویں امامت ایہو جئی ہووے اور جڑے کنڈے سٹن راہ وچ اوناں دیاں گٹھڑیاں چاوے دعاواں نال دعاواں نال بخشاوے شرافت ایہو جئی ہووے اللہ اکبر اللہ پاک نے ایویں تے اعلان نہیں فرمایا وما ارسلنا کا الا رحمت للعالمین اللہ نے نبی پاک نو رحمت بنایا نبی پاک قیام کنا کو کر دے آخری دیس سیدہ عائشہ فرماندیاں نے نبی پاک کے نبو قیام کریا کر دے حتی تورمت قدما نبی پاک دے پیر سوج جاندے چھالے بن جاندے پیراں دے اندر سوجن ہو جاندی تے ایک دن فرماندیاں نے میں نہ رہ سکی میں نبی پاک نو آکھیا سونیا تسی اینی عبادت کیوں کر دے ہو لیغفر لک اللہ ما تقدم من ذنبک وما تاخر سونیا اللہ نے تہاڈے پچھلے اگلے گناہ رکھے ہی کوئی نہیں اللہ نے معاف کیتے معصوم بنایا پھر تسی اینی عبادت کیوں کر دے ہو تے میرے پیغمبر علیہ السلام نے پتہ کی فرمایا افلا اکون عبدا شکورا آشا کیا میں رب دا شکر گزار بندہ نہ بن جاواں اللہ نے پاویں مینوں معاف کیتا ہے پاویں مینوں معصوم بنایا ہے میرا دل کردا میں رات نوں اٹھ کے قیام کراں نبی پاک علیہ الصلوۃ والسلام نے قیام نہیں چھڈیا لیکن اج بڑی معذرت دے نال ساڈی زندگی دی وی کوئی ایسی رات ہے وے جڑی اسی قیام کر کے گزاری ہوے دو رکتاں تہجد پڑھ کے گزاری ہوے چار رکتاں پڑھیاں ہون اللہ دے سامنے گریہداری کیتی ہوے رات دی نماز نو اپنا معمول بناؤ جدوں تہانوں جاگ آ جائے جدوں دل کرے دو رکتاں پڑھ لو چار پڑھ لو چھ پڑھ لو اٹھ پڑھ لو دس پڑھ لو اینڈ اتنے ایک ویتر لازمی پڑھنا ہے اے تسی عمل انشاءاللہ کرو جنیاں رکتاں دی تہانوں توفیق ہے نیند زیادہ آئیے دو پڑھ لو اے پڑھنا تہاڈا کام ہے اللہ نو آواز مارو گے اللہ دی قسم ہے اللہ کدی تو خالی نہیں موڑے گا صحابہ کرام دے بارے میں پڑھیا ہے سارے صحابہ کرام اکثریت طور تے انہوں نے کدی رات دی نماز نہیں سی چھڈی تہجد دی نماز دے پابند سن اس واسطے اللہ پاک نے انہاں نال اتنا پیار بھی فرمایا اللہ پاک نے اتنی محبت بھی فرمائی آخر دعوانا الحمدللہ رب العالمین